ਹਾਂਜੀ ਇੱਕ ਬੱਦਲ ਨੋਟਿਸ ਆਇਆ ਜੀ ਨੋਟਿਸ ਕੀ ਆ ਜੀ ਤੁਸੀਂ ਦੇਖ ਸਕਦੇ ਹੋ ਸਿੱਖਿਆ ਭਰਤੀ ਡਾਇਰੈਕਟਰ ਪੰਜਾਬ ਵੱਲੋਂ ਆਇਆ ਜੀ ਇਹ ਕੀ ਦੱਸਿਆ ਗਿਆ ਜੀ ਇਹਦੇ ਵਿੱਚ ਬਹੁਤ ਜ਼ਰੂਰੀ ਸੂਚਨਾ ਤੁਸੀਂ ਦੇਖ ਸਕਦੇ ਹੋ ਇਹ ਜਿੰਨਾ ਜਿੰਨਾ ਬੱਚਿਆਂ ਨੇ 635 ਪੋਸਟਾਂ ਠੀਕ ਹੈ ਜੀ ਈਟੀਟੀ ਵਾਲੇ ਭਰਿਆ ਨੇ ਤੇ 22 ਪੋਸਟਾਂ ਈਟੀਟੀ ਜੇਲ੍ਹ ਵਿਭਾਗ ਦੇ ਸਾਮੀ ਵਾਲੇ ਭਰਿਆ ਸੀ ਉਹਦੇ ਵਿੱਚ ਆਪਾਂ ਨੂੰ ਹੁਣ ਕੀ ਕਹਿ ਰਹੇ ਨੇ ਜੀ ਇਹ ਇਹਨਾਂ ਨੇ ਅਨਸਰ ਕੀ ਅਪਲੋਡ ਕਰ ਦਿੱਤੀ ਗਈ ਹੈ ਤੁਸੀਂ ਟੈਲੀਗ੍ਰam ਚੈਨਲ ਜੁਆਇਨ ਕਰਕੇ ਸਾਡਾ ਉੱਥੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਤੇ ਆਪਣੇ ਨੰਬਰ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਜੇ ਕਿਸੇ ਵੀ ਤੁਹਾਨੂੰ ਅਨਸਰ ਤੇ ਤੁਹਾਨੂੰ ਓਬਜੈਕਸ਼ਨ ਲਗਾਉਣੀ ਹੈ ਮਤਲਬ ਤੁਹਾਨੂੰ ਲੱਗਦਾ ਵੀ ਇਹ ਅਨਸਰ ਗਲਤ ਜਾਂ ਸਹੀ ਹੋ ਸਕਦਾ ਠੀਕ ਹੈ ਜੀ ਸਹੀ ਹੋ ਸਕਦਾ ਜੇ ਤੁਹਾਡਾ ਗਲਤ ਦੱਸਿਆ ਗਿਆ ਤਾਂ ਤੁਸੀਂ 50 ਰੁਪਿਆ ਦੇ ਕੇ ਇੱਕ ਕੁਐਸਚਨ ਤੇ ਠੀਕ ਹੈ ਜੀ ਆਬਜੈਕਸ਼ਨ ਲਗਾ ਸਕਦੇ ਹੋ ਜੀ ਇੱਕ ਕੁਐਸਚਨ ਦੀ ਫੀਸ 50 ਰੁਪਿਆ ਹੈ ਜੀ ਠੀਕ ਹੈ ਕਿਵੇਂ ਕਰਨਾ ਹੈ ਤੁਹਾਨੂੰ ਇਹ ਕਿਵੇਂ ਕਰਨਾ ਹੈ ਇਹ ਤੁਸੀਂ ਆਪਣੀ ਯੂਜ਼ਰ ਆਈਡੀ ਲੌਗਇਨ ਕਰਕੇ ਤੁਸੀਂ ਠੀਕ ਹੈ ਜੀ 23 ਤਰੀਕ ਤੁਹਾਡੇ ਕੋਲ ਪੰਜ ਦਿਨ ਹੈਗੇ ਨੇ ਜੀ ਸ਼ਾਮ ਤੱਕ ਉੱਥੇ ਜਾ ਕੇ ਤੁਸੀਂ ਸਬਮਿਟ ਕਰ ਸਕਦੇ ਹੋ ਠੀਕ ਹੈ ਕੋਈ ਵੀ ਤੁਹਾਡੇ ਤੋਂ ਲੱਗਦਾ ਵੀ ਇਹ ਕੁਐਸਚਨ ਆਬਜੈਕਸ਼ਨ ਲਗਾਉਣੀ ਹੈ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੇ ਅਨਸਰ ਕੀ ਤੁਹਾਨੂੰ ਡਾਊਨਲੋਡ ਕਰਨੀ ਹੈ ਤਾਂ ਤੁਸੀਂ ਸਾਡੇ ਟੈਲੀਗ੍ਰam ਚੈਨਲ ਤੇ ਜਾ ਕੇ ਜੁਆਇਨ ਕਰ ਸਕਦੇ ਹੋ ਠੀਕ ਹੈ ਜੇ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਨਿਊ ਨਿਊ ਅਪਡੇਟਸ ਵਾਸਤੇ ਬਹੁਤ ਬਹੁਤ ਧੰਨਵਾਦ ਜੀ